ਇੱਕ ਬਈ ਹੈ ਜਿੰਨਾਂ ਦਾ ਨਾਮ ਹੈ ਗੁਰੂ ਹਮ ਹੁਣ ਸੇ ਇੰਟਰਵਿਊ ਕਰਾਂਗੇ ਉਨ੍ਹਾਂ ਦਾ ਔਰ ਉਨ੍ਹਾਂ ਸੇ ਪੁੱਛਾਂਗੇ ਇੱਕ ਤਾਂ ਪਾਕਿਸਤਾਨ ਕੀ ਟੀਮ ਕੇ ਮੈਚ ਕੇ ਬਾਰੇ ਮੇ ਔਰ ਦੂਸਰਾ ਇਮਰਾਨ ਖਾਨ ਕੇ ਲੌਂਗ ਮੈਚ ਕੇ ਬਾਰੇ ਮੇ ਛੱਡੇਗਾ ਤਾਂ ਜਾਏਗਾ ਅਫਰੀਕਾ ਕੋ ਇੰਡੀਆ ਜਿਹੜੀ ਆ ਅਫਰੀਕਾ ਕੋ ਹਰੇ ਫਿਰ ਚਾਂਸ ਬਣ ਸਕਦੇ ਉਹ ਤੇ ਜਾਣਦੇ ਅੱਛਾ ਤੇ ਇਮਰਾਨ ਜਾਂ ਰੱਬ ਦੀ ਅਰਡ ਬੋਰਡ ਖਾਂਦਾ ਸਰ ਸ਼ਰੀਫ ਜੀ ਬੜਾ ਐਂਕਰ ਸੀ ਵੱਡਾ ਅਸੀਂ ਉਹਦਾ ਪ੍ਰੋਗਰਾਮ ਪਾਵਰਪਲੇ ਹਰ ਰੋਜ਼ ਹਰ ਰੋਜ਼ ਵੈਂਦੇ ਸਾਂ ਸਾਰੇ ਚੱਕ ਵਾਲੇ ਵੰਦੇ ਸੀ ਬਹੁਤ ਦੁੱਖ ਹੋਇਆ ਆ ਨਾ ਇਹ ਮਰੀਮ ਨਵਾਜ਼ ਨਹੀਂ ਹੁੰਦੀ ਹੈ ਮੁਸ਼ਕਲ ਮੈਨੂੰ ਤਾਂ ਲੱਗਦਾ ਵੀ ਇਹ ਸਾਰੇ ਜਿਹੜਾ ਨਾ मेरी नाम है जिनका नाम है गुरु हम उनसे इंटरव्यू करेंगे उनका और उनसे पुछेंगे एक तो पाकिस्तान के टीम के मैच के बारे में और दूसरा इमरान खान के लॉन्ग मार्च के बारे में असला ठीक ठाक तू सुना मैं भी ठीक कि जा रहा है काम कार काम कार ठीक ठाक जा रहा है जी ਪਾਕਿਸਤਾਨ 2 ਮੈਚ ਹਾਰ ਚੁੱਕਿਆ ਵਾ ਤੇ ਆਖਰ ਵਾਲਾ ਹੁਣ ਜਿੱਤਿਆ ਵਾ ਇੱਕ ਮੈਚ ਤੁਹਾਡਾ ਕੀ ਖਿਆਲ ਆ ਉਹ ਸੈਮੀ ਫਾਈਨਲ ਤੇ ਜਾਏਗਾ ਜਾਂ ਨਹੀਂ ਜਾਏਗਾ ਅੱਗੇ ਚੰਗਾ ਖੇਡੇਗਾ ਤਾਂ ਜਾਏਗਾ ਅਫਰੀਕਾ ਕੋ ਇੰਡੀਆ ਜਿਹੜੀ ਆ ਉਹ ਅਫਰੀਕਾ ਕੋ ਹਾਰੇ ਫਿਰ ਚਾਂਸ ਬਣ ਸਕਦੇ ਉਹ ਤੇ ਜਾਣ ਦੇ ਅੱਛਾ ਤੇ ਇਮਰਾਨ ਖਾਨ ਜਿਹੜਾ ਵਾ ਉਹ ਲੌਂਗ ਮਾਰਚ ਕਰ ਰਿਹਾ ਵਾ ਉਹ ਲਾਹੌਰ ਤੇ اسلامਾਬਾਦ ਜਾ ਰਿਹਾ ਵਾ ਤੁਸੀਂ ਇੱਥੇ ਜੋ ਤੁਸੀਂ ਉਹਦੇ ਇੰਨੇ ਵੱਡੇ ਸਪੋਰਟਰ ਜੋ ਤੁਸੀਂ ਗਏ ਨਹੀਂ ਨਾਲ ਕਿਹੜੀ ਵਜ੍ਹਾ ਤੋਂ ਨਹੀਂ ਤੁਸੀਂ ਗਏ? ਬਸ ਕੰਮ ਦੀ ਵਜ੍ਹਾ ਤੋਂ ਨਹੀਂ ਜਾ ਸਕਿਆ ਸਾਡੀਆਂ ਦਵਾਵਾਂ ਅਸੀਂ ਦਿਲੀ ਤੌਰ ਤੇ ইমরান ਖਾਨ ਦੇ ਨਾਲ ਆ ਤੇ ਹਰ ਵਕਤ ਅਸੀਂ ਦੁਆ ਕਰੀਦੀ ਆ ਵੀ ਉਹ ਕਾਮਯਾਬ ਹੋ ਕੇ ਉੱਥੋਂ ਆਵੇ ਤੇ ਕੰਮਕਾਰ ਦੀ ਵਜ੍ਹਾ ਤੋਂ ਨਹੀਂ ਅਸੀਂ ਜਾ ਸਕੇ ਸਾਡੇ ਜਿੰਨੇ ਵੀ ਲੋਕ ਨੇ ਅਸੀਂ ਇਕੱਠੇ ਰਾਲ ਕੇ ਜਿਹੜੇ ਬੈੰਨੇ ਅਸੀਂ ਦਵਾਵਾ ਕਰਦੇ ਖਾਣ ਵਾਸਤੇ ਵੀ ਅੱਲਾਹ ਤਾਲਾ ਨੂੰ ਕਾਮਯਾਬ ਕਰੇ। ਅੱਛਾ ਤੁਹਾਡਾ ਵੋਟ ਇਸ ਟਾਈਮ ਵੀ ਖਾਨ ਆਲੀ ਆ। ਜਾਂ ਰੱਬ ਦੀ ਆਤ ਵੋਟ ਖਾਨ ਦਾ। अच्छा ਤੇ ਭਾਈ ਗੈਰਿਆ ਅਸੀਂ ਖਾਨ ਦੇ ਬਹੁਤ ਵੱਡੇ ਸਪੋਰਟਰ ਆ ਆਪਾਂ ਗੁਰੂ ਨਾਲ ਇੱਕ ਹੋਰ ਸਵਾਲ ਵੀ ਕਰਦੇ ਆ ਅਰਸ਼ਦ ਸ਼ਰੀਫ ਜਿਹੜਾ ਬਹੁਤ ਵੱਡਾ ਐਂਕਰ ਪਰਸਨ ਆ ਉਹਨੂੰ ਸ਼ਹੀਦ ਕਰ ਦਿੱਤਾ ਗਿਆ ਉਹਨੂੰ ਕਤਲ ਕਰਤਾ ਵਾ ਤੇ ਇਹ ਜ ਬਾਰਡਰ ਦੇ ਨਾਲ ਚੋਲਿਸਤਾਨ ਦਾ ਇਲਾਕਾ ਵਾ ਇੱਥੇ ਰਹਿੰਦੇ ਆ ਇਹਨਾਂ ਨੂੰ ਪੁੱਛਦੇ ਆ ਇਹਨਾਂ ਨੂੰ ਪਤਾ ਵਾ ਤੇ ਇਹਨਾਂ ਦੇ ਕੀ ਅਹਿਸਾਸਾ ਜਜ਼ਬਾਤ ਨੇ ਦੱਸੋ ਜੀ ਗੁਰੂ ਸਾਹਿਬ ਅਰਸ਼ਦ ਸ਼ਰੀਫ ਜੀ ਬੜਾ ਐਂਕਰ ਸੀ ਵੱਡਾ ਅਸੀਂ ਉਹਦਾ ਪ੍ਰੋਗਰਾਮ ਪਾਵਰਪਲੇ ਹਰ ਰੋਜ਼ ਹਰ ਰੋਜ਼ ਵੇਂਦੇ ਸਾਂ ਸਾਰੇ ਚਾਕ ਵਾਲੇ ਵੇਂਦੇ ਸੀ ਬਹੁਤ ਦੁੱਖ ਹੋਇਆ ਆ ਦੋ ਦਿਨ ਖਾਣਾ ਨਹੀਂ ਖਾਦਾ ਮੇਰੇ ਵਾਲਦ ਸਾਹਿਬ ਨੇ ਉਹਨਾਂ ਨੇ ਬਹੁਤ ਦੁੱਖ ਕੀਤਾ ਆ ਜਿਨ੍ਹਾਂ ਦੀ ਉਮਰ 90 ਸਾਲ ਆ ਉਹ ਹਰ ਟਾਈਮ ਉਹਦੀਆਂ ਗੱਲਾਂ ਕਰਦੇ ਰਹਿੰਦੇ ਨੇ ਤੇ ਬਹੁਤ ਦੁੱਖ ਹੋਇਆ ਹੈ ਚਾਹੀਦਾ ਹੈ ਗੌਰਮੈਂਟ ਨੂੰ ਫੌਜ ਨੂੰ ਵੀ ਜਿਹੜੇ ਕੋਈ ਜਿਨ੍ਹਾਂ ਨੇ ਮਾਰਿਆ ਆ ਉਹ ਬੰਦੇ ਲੱਭਣ ਕੋਸ਼ਿਸ਼ ਕਰਨ ਪੂਰੀ ਉਹ ਜਿਹੜਾ ਅੱਛੇ شریف ਸੀ ਉਹ ਪਾਕਿਸਤਾਨ ਚ ਵਾਹਦ ਬੰਦਾ ਸੀ ਜਿਹੜਾ ਕਿਸੇ ਟੀਮ ਦੇ ਨਾਲ ਨਹੀਂ ਸੀ ਨਾ ਨੂਨ ਲੀਗ ਦੇ ਨਾਲ ਸੀ ਨਾ ਤੇਰੀਕ ਇਨਸਾਫ ਨਾਲ ਸੀ ਜਿਹੜਾ ਪੁੱਠਾ ਕੰਮ ਕਰਦਾ ਸੀ ਉਹ ਉਹਦਾ ਵੀ ਦੱਸਦਾ ਸੀ ਤੇ ਜਿਹੜਾ ਅੱਛਾ ਕੰਮ ਕਰਦਾ ਸੀ ਉਹਦਾ ਵੀ ਦੱਸਦਾ ਸੀ ਇਸ ਗੱਲ 'ਚ ਹੁਣ ਗੁਰੂ ਦੀ ਕੀ رائے ਆ ਆਪਾਂ ਇਹਦਾ ਵੀ ਪੁੱਛਦੇ ਆ ਜੀ ਉਹ ਸੱਚਾ ਬੰਦਾ ਸੀ ਉਹ ਮੁਲਖ ਦਾ ਮੁਹਬੇ ਵਤਨ ਬੰਦਾ ਸੀ ਤੇ ਬੜਾ ਮੁਲਖ ਨਾਲ ਪਿਆਰ ਕਰਦਾ ਸੀ ਆਵਾਮ ਨੇ ਉਹਨਾਂ ਉਹਦੋਂ ਨਾਲ ਵੀ ਬੜਾ ਪਿਆਰ ਕੀਤਾ ਹਰ ਬੰਦੇ ਨੂੰ ਬਤਾਇਆ ਆਵਾਮ ਐਸ ਵਕਤ ਬਹੁਤ ਦੁਖੀ ਜਿਆ ਹਰ ਬੰਦਾ ਜਿਹੜਾ ਆ ਮੈਂ ਤੇ ਜਿੰਨੂੰ ਵੀ ਮਿਲਿਆ ਐ ਇੱਥੇ ਚੋਲਸਤਾਨ ਚ ਹਰ ਬੰਦਾ ਗਮਜਦਾ ਆ ਕਿ ਉਹਨੂੰ ਇਹ ਜਿਹੜਾ ਕੰਮ ਕੀਤਾ ਗਿਆ ਉਹਦੇ ਨਾਲ ਮਾਰਿਆ ਗਿਆ ਉਹਨੂੰ ਇਹ ਕਤਲ ਕੀਤਾ ਗਿਆ ਮਨਸੂਬਾ ਬਣਾਇਆ ਗਿਆ ਤੇ ਬੜਾ ਦੁੱਖ ਹੋਇਆ ਹੈ ਇਹਨਾਂ ਦੇ ਅਹਿਸਾਸات ਦੇਖ ਸਕਦੇ ਹੋ ਜੋ ਤੁਸੀਂ ਤੇ ਇਹੀ ਹੁੰਦੇ ਵੈਸੇ ਅਹਿਸਾਸات ਆਪਣੇ ਐਂਕਰ ਪਰਸਨ ਨਾਲ ਹਰ ਕਿਸੇ ਨੂੰ ਕਰਨਾ ਚਾਹੀਦਾ ਵਾ ਜੇ ਤੁਸੀਂ ਘਰੋਂ ਬਾਹਰ ਨਿਕਲੋਗੇ ਤੇ ਉਹਨੂੰ ਇਨਸਾਫ ਲੱਭ ਸਕਦਾ ਵਾ ਆਪਾਂ ਹਰ ਕਿਸੇ ਨੂੰ ਆਪਾਂ ਨੂੰ ਮੈਸੇਜ ਦੇਣਾ ਚਾਹੀਦਾ ਵਾ ਕਿ ਉਹ ਮਾਰ ਗਿਆ ਤੇ ਉਹਦੇ ਵਰਗੇ ਹੋਰ ਅਜੇ ਬਹੁਤ ਐਂਕਰ ਪਰਸਨ ਜਿਹੜਾ ਜ਼ਿੰਦਾ ਨੇ ਤੇ ਉਹਦਾ ਵਰਗਾ ਕੰਮ ਕਰਨਗੇ ਇਨਸ਼ਾਅੱਲਾ ਜਿੱਦਾਂ ਕਿ ਮੇਰੇ ਭਾਈਓ ਤੁਹਾਨੂੰ ਪਤਾ ਵਾ ਮਰੀਮ ਨਵਾਜ਼ ਆ ਜਿਹੜੀ ਕਿ ਚੋਰ ਕਰਾਪਟ ਜਿੰਨੇ ਵੀ ਆ ਸਾਰੇ ਜਿੱਦਾਂ ਕਿ ਮਰੀਮ ਨਵਾਜ਼ ਪਿਛਲੇ ਦਿਨਾਂ 'ਚ ਭੱਜ ਗਈ ਆ ਬਾਰਡਰ ਕਰਾਸ ਕਰ ਗਈ ਆ ਤੇ ਆਪਾਂ ਗੁਰੂ ਨੂੰ ਪੁੱਛਦੇ ਆਂ ਵੀ ਉਹ ਵਾਪਸ ਆਏਗੀ ਕਿ ਨਹੀਂ ਆਏਗੀ ਦੱਸੋ ਜੀ ਇਹ ਮੁਸ਼ਕਲ ਆ ਜੀ ਇਹਨਾਂ ਦੇ ਹਾਲਾਤ ਪੈਰਾ ਹੋ ਰਹੇ ਨੇ ਨਾ ਤੇ ਮਰੀਮ ਨਵਾਜ਼ ਨਹੀਂ ਹੁੰਦੀ ਮੁਸ਼ਕਲ ਮੈਨੂੰ ਤਾਂ ਲੱਗਦਾ ਵੀ ਇਹ ਸਾਰੇ ਜਿਹੜਾ ਨਾ ਮੇਰੀ ਅਕਸਰ ਬੈਸ ਆਪਣੇ ਬੇਲੀਆ ਨਾ ਹੁੰਦੀ ਆ ਵੀ ਇਹ ਉਹ ਮੈਂ ਨਾ ਵੀ ਇਹ ਸਾਰੇ ਇਹ ਭੱਜ ਭੁੱਜ ਜਾਣਗੇ ਇਹ ਰਾਣਾ ਸੁਨਾਉਲਾ ਵੀ ਸ਼ਬਾਸ਼ ਸ਼ਰੀਫ ਵੀ ਸਾਰੇ ਜਿਹੜੇ ਆ ਨਾ ਭੱਜ ਭੁੱਜ ਜਾਣਗੇ ਮਰੀਮ ਨਵਾਜ਼ ਨਹੀਂ ਵਾਪਸ ਆਉਂਦੀ ਤੇ ਜਿਹੜਾ ਉੱਥੇ ਨਵਾਜ਼ ਸ਼ਰੀਫ ਬੈਠਾ ਵਾ ਡੱਡੂ ਚਾਰਜਰ ਉਹ ਵਾਪਸ ਆਏਗਾ ਕਿ ਨਹੀਂ ਆਏਗਾ ਮੁਸ਼ਕਲ ਆ ਇਹ ਸਾਰੇ ਹੁਣ ਭੱਜ ਰਹੇ ਨੇ Imran Khan ਇਹਨਾਂ ਦੇ ਪਿੱਛੇ ਪਿੱਛੇ ਆ ਤੇ ਅੱਗੇ ਅੱਗੇ Imran Khan ਨੇ ਲੌਂਗ ਮਾਰਚ ਸ਼ੁਰੂ ਕਰਤੀ ਆ ਤੇ ਇਨਸ਼ਾਅੱਲਾ Imran Khan ਦੁਬਾਰਾ ਇਤਤਦਾਰ 'ਤੇ ਲੈ ਕੇ ਆਏਗਾ ਆਪਣੇ ਵਤਨ ਨੂੰ ਤੇ ਉਹ ਦੁਬਾਰਾ ਆਪਣੀ ਸਿਸਟਮ ਸ਼ੁਰੂ ਕਰੇਗਾ ਸਾਰਾ ਤੇ ਇਨਸ਼ਾਅੱਲਾ ਉਹ ਦੁਬਾਰਾ ਆਏਗਾ ਜਦੋਂ VOTING ਹੋਏਗੀ ਇਨਸ਼ਾਅੱਲਾ ਚੋਲਸਤਾਨ ਦੀ ਧਰਤੀ ਤੋਂ ਉਮਰ ਖਾਲਦ ਨੂੰ ਇਜਾਜ਼ਤ ਦਿਓ ਵਤਨ ਟੀਵੀ ਤੋਂ ਅੱਲਾਹ ਹਾਫਜ਼